ਵਿਸ਼ਵਭਰ ਤੋਂ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਹਰਿਆਣਾ ਦੇ ਵਿੱਚ ਬੀਜੇਪੀ ਦੀ ਜਿੱਤ ਤੋਂ ਬਾਅਦ ਬੀਜੇਪੀ ਦੇ ਆਗੂਆਂ ਅਤੇ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰਿਆਣਾ ਦੇ ਵਿੱਚ ਜਿੱਥੇ ਬੀਜੇਪੀ ਦੇ ਆਗੂਆਂ ਵੱਲੋਂ ਲੱਡੂ ਵੰਡੇ ਗਏ ਨੇ, ਉੱਥੇ ਚੰਡੀਗੜ੍ਹ ਦੇ ਵਿੱਚ ਵੀ ਬੀਜੇਪੀ ਦੇ ਆਗੂਆਂ ਵੱਲੋਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ, ਲੱਡੂ ਵੰਡੇ ਗਏ ਨੇ ਅਤੇ ਬੀਜੇਪੀ ਦੇ ਆਗੂਆਂ ਨੇ ਢੋਲ ਦੇ ਡਗੇ 'ਤੇ ਭੰਗੜਾ ਪਾ ਕੇ ਹਰਿਆਣਾ ਦੀ ਜਿੱਤ ਦੀ ਖੁਸ਼ੀ ਵੀ ਮਨਾਈ ਹੈ। ਇਸ ਮੌਕੇ ਪੰਜਾਬ ਦੇ ਬੀਜੇਪੀ ਆਗੂ ਕੇਵਲ ਸਿੰਘ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਜਿੱਤ ਤੋਂ ਬਾਅਦ ਹੁਣ ਬੀਜੇਪੀ ਪੰਜਾਬ ਦੇ ਵਿੱਚ ਵੀ ਜਿੱਤ ਦੁਹਰਾਏਗੀ। ਉਹਨਾਂ ਨੇ ਪੰਜਾਬ ਦੀਆਂ ਆਉਂਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਵੀ ਬੀਜੇਪੀ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਜਤਾਈ ਹੈ।
ਚਲੋ ਸਰ ਰੋਲ ਜੀ ਢਿੱਲੋਂ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਅੱਜ ਹਰਿਆਣਾ 'ਚ ਇੱਕ ਵੱਡੀ ਜਿੱਤ ਹੋਈ ਹੈ? ਅੱਜ ਇੱਕ ਇਤਿਹਾਸਿਕ ਜਿੱਤ ਹੋਈ ਹੈ ਜੀ ਸਾਡੇ ਗੁਆਂਢੀ ਸੂਬੇ ਹਰਿਆਣੇ ਦੇ ਵਿੱਚ। ਇਹ ਜਿਹੜੀ ਜਿੱਤ ਆ ਇਹ ਸਾਡੇ ਲੋਕ ਪ੍ਰਿਯ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੈਂਟਰ ਦੇ ਵਿੱਚ ਵੀ ਤੀਜੀ ਵਾਰ ਸਰਕਾਰ ਆਈ, ਗੁਜਰਾਤ ਦੇ ਵਿੱਚ ਪੰਜਵੀਂ ਵਾਰ ਸਰਕਾਰ ਆਈ, ਔਰ ਇੱਕ ਇਤਿਹਾਸ ਆ ਇਹ ਹਿਸਟਰੀ ਕਾਇਮ ਹੋਈ ਆ ਕਿ ਹਰਿਆਣੇ ਦੇ ਵਿੱਚ ਲਗਾਤਾਰ ਤੀਜੀ ਦਫਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਆ। ਤੁਸੀਂ ਜਾਣਨਾ ਚਾਹੁੰਦੇ ਹੋਵੋਗੇ ਕਾਰਨ ਕੀ ਆ? ਕਾਰਨ ਸਿਰਫ ਅਤੇ ਸਿਰਫ ਡਿਵੈਲਪਮੈਂਟ, ਔਰ ਹਰੇਕ ਵਰਗ ਦਾ ਧਿਆਨ ਰੱਖਣਾ, ਚਾਹੇ ਉਹ ਗਰੀਬ ਹੋਵੇ, ਚਾਹੇ ਉਹ ਕਿਸਾਨ ਹੋਵੇ, ਚਾਹੇ ਮਜ਼ਦੂਰ ਹੋਵੇ, ਚਾਹੇ ਵਪਾਰੀ ਹੋਵੇ, ਚਾਹੇ ਵੱਡਾ ਹੋਵੇ, ਚਾਹੇ ਛੋਟਾ ਹੋਵੇ। ਇਹ ਸਾਡੇ ਲੋਕ ਪ੍ਰਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਇਹ ਨੀਤੀ ਆ ਇਹਨੂੰ ਦੇਖਦੇ ਹੋਏ ਇਹ ਮੈਂ ਬਹੁਤ ਜ਼ਿਆਦਾ ਮੁਬਾਰਕਬਾਦ ਦਿੰਦਾ ਦੇ ਦੂਰ ਅੰਦੇਸੀ ਜਿਹੜੇ ਹਰਿਆਣੇ ਦੇ ਸਾਡੇ ਵੀਰ ਜਿਨ੍ਹਾਂ ਨੇ ਭੈਣਾਂ ਨੇ ਵੋਟਾਂ ਪਾ ਕੇ ਹਰਿਆਣੇ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਤੀਜੀ ਦਫਾ ਕਿ ਹਰਿਆਣੇ ਦੀ ਡਿਵੈਲਪਮੈਂਟ ਨੂੰ ਦੇਖਦੇ ਹੋਏ ਕੀਤਾ। ਔਰ ਉਹਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਬੜਾ ਵੱਡਾ ਦਾਅਵਾ ਕਰਦੇ ਸੀ ਕੇਜਰੀਵਾਲ ਜੀ ਕਿ 90 ਸੀਟਾਂ ਅਸੀਂ ਜਿੱਤਾਂਗੇ, ਉਹਨਾਂ ਦਾ ਖਾਤਾ ਨਹੀਂ ਖੁੱਲਿਆ। ਜੀਰੋ ਜਿਹਨੂੰ ਵੱਡੀ ਜੀਰੋ ਕਹਿੰਦੇ ਆ, ਜੀਰੋ ਹੋਈ ਆ ਉਹ। ਇਸ ਕਰਕੇ ਪੰਜਾਬ ਦੇ ਲੋਕ ਹੁਣ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਜਿਮਨੀ ਚੋਣ ਹੋਣੀ ਆ ਚਾਰ ਜਿਹੜੇ ਵਿਧਾਨ ਸਭਾ ਦੇ ਵਿੱਚ ਜਿੱਥੇ ਸਾਡਾ ਹੈਗਾ ਬਰਨਾਲੇ ਦੇ ਵਿੱਚ, ਉੱਥੇ ਵੀ ਮੈਂ ਅੱਜ ਦਾਅਵੇ ਨਾਲ ਕਹਿੰਦਾ ਕਿ ਬਰਨਾਲੇ ਦੇ ਵਿੱਚ ਵੀ ਇਹ ਜਿਹੜਾ ਕਮਲ ਦਾ ਫੁੱਲ ਉਹ ਖਿਲੇਗਾ ਜਦੋਂ ਜਿਮਨੀ ਚੋਣ ਹੋਏਗੀ। ਕਿ ਪੰਜਾਬ ਬਰਨਾਲੇ ਦੇ ਲੋਕ ਔਰ ਪੰਜਾਬ ਦੇ ਲੋਕ ਇਹ ਦੇਖ ਚੁੱਕੇ ਆ ਕਿ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਆ ਜਿਹੜੀ ਉਹੀ ਸਰਕਾਰ ਸੂਬੇ ਦੇ ਵਿੱਚ ਹੋਏਗੀ ਤਾਂ ਡਿਵੈਲਪਮੈਂਟ ਹੋਏਗੀ। ਸੋ ਇਹ ਗੱਲ ਸਿੱਧ ਹੋ ਚੁੱਕੀ ਆ। ਇਹ ਕਿਸਾਨਾਂ ਦੇ ਲਈ ਵੀ, ਸਾਡੇ ਵੀਰਾਂ ਦੇ ਭਰਾਵਾਂ ਦੇ ਲਈ ਵੀ, ਮਜ਼ਦੂਰਾਂ ਦੇ ਲਈ ਵੀ, ਹਰੇਕ ਦੇ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਮੈਂ ਇੱਕ ਵਾਰ ਫਿਰ ਹਰਿਆਣੇ ਦੇ ਲੋਕਾਂ ਨੂੰ ਜਿਨ੍ਹਾਂ ਨੇ ਇੰਨੀ ਵੱਡੀ ਵੋਟਾਂ ਪਾ ਕੇ ਭਾਰਤੀ ਜਨਤਾ ਪਾਰਟੀ ਦਿੱਤੇ ਆ, ਔਰ ਸਾਡੇ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਵੱਡੀਆਂ ਵੱਡੀਆਂ ਸੇਵਾਵਾਂ ਕੀਤੀਆਂ ਨੇ, ਉੱਥੇ ਜਾ ਕੇ ਹਿਸਟੋਰਿਕ ਜਿਹੜੇ ਰੈਲੀਆਂ ਕੀਤੀਆਂ ਨੇ, ਅਮਿਤ ਸ਼ਾਹ ਜੀ ਨੇ ਰੈਲੀਆਂ ਕੀਤੀਆਂ ਨੇ, ਨੱਡਾ ਸਾਹਿਬ ਨੇ ਕੀਤੀਆਂ ਨੇ, ਰਾਜਨਾਥ ਸਾਹਿਬ ਨੇ ਕੀਤੀਆਂ ਨੇ, ਸਾਡੇ ਸੀਨੀਅਰ ਲੀਡਰਸ਼ਿਪ ਨੇ ਜਾ ਕੇ ਜੋ ਆਪਣੇ ਵਿਚਾਰ ਰੱਖੇ, ਉਹਦੇ ਨਾਲ ਜਿਹੜੇ ਹਰਿਆਣੇ ਦੇ ਲੋਕਾਂ ਦੀ ਸਹਿਮਤੀ ਹੋਈ। ਇਹ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਆ ਜਿਹਦੇ ਲਈ ਮੈਂ ਸਾਰਿਆਂ ਨੂੰ ਇੱਕ ਬਹੁਤ ਵੱਡੀ ਮੁਬਾਰਕਬਾਦ ਦਿੰਦਾ। ਸਾਹਿਬ ਹਰਿਆਣਾ ਕਾਂਗਰਸ ਇਹ ਵੀ ਐਲੀਗੇਸ਼ਨ ਲਾ ਰਹੀ, ਇਲਜ਼ਾਮ ਲਾ ਰਹੀ ਹੈ ਕਿ ECI ਦੀ ਜਿਹੜੀ ਗੜਬੜ ਹੋਈ ਹੈ ਔਰ ਜਿਹੜਾ ਧੱਕਾ ਹੋ ਰਿਹਾ ਸਾਡੇ ਨਾਲ। ਜਿਹੜੀ ECI ਦੀ ਹੈ ਜੀ, ਇਹ ਮੈਂ ਦੱਸ ਦਿੰਦਾ ਕਿ ਹਮੇਸ਼ਾ ਰਾਠੀ ਸਾਹਿਬ ਇਹਨਾਂ ਦੀ ਇੱਕੋ ਹੀ ਗੱਲ ਹੁੰਦੀ ਹੈ ਕਿ ਜਦੋਂ ਤਾਂ ਕਾਂਗਰਸ ਜਿੱਤ ਜੇ ਉਦੋਂ ਤਾਂ ਮਸ਼ੀਨਾਂ ਠੀਕ ਆ, ਜਦੋਂ ਕੋਈ ਹੋਰ ਪਾਰਟੀ ਜਿੱਤੇ ਉਦੋਂ ਮਸ਼ੀਨਾਂ ਦਾ ਰੌਲਾ ਪਾ ਲੈਂਦੇ ਆ। ਅਸਲ ਗੱਲ ਕੀ ਹੈ ਕਿ ਕਾਂਗਰਸ ਪਾਰਟੀ ਹੈਗੀ ਸਕੈਮਸ ਦੀ ਪਾਰਟੀ, ਜਿਹੜੇ ਕਿ ਧੋਖਿਆਂ ਨਾਲ ਔਰ ਲੋਕਾਂ ਦੇ ਨਾਲ ਲੁੱਟ ਮਾਰ ਦੀ ਪਾਰਟੀ ਆ। ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਆ ਭਾਰਤੀ ਜਨਤਾ ਪਾਰਟੀ ਦੀ, ਜੋ ਪਿਛਲੇ ਤੀਜੀ ਵਾਰ ਬਣੀ ਆ, ਇੱਕ ਵੀ ਸਕੈਮ ਨਹੀਂ। ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਹਰ ਰੋਜ਼ ਤੁਹਾਨੂੰ ਪਤਾ ਸਕੈਮ ਹੁੰਦੀ ਸੀ ਕਿ ਲੋਕ ਜੇ ਪਬਲਿਕ ਹੈ ਸਭ ਕੁਝ ਜਾਣਦੀ ਹੈ। ਜੇ ਇਹ ਰਿਜ਼ਲਟ ਜਿਹੜੇ ਆਏ ਆ ਇਹ ਲੋਕਾਂ ਨੇ ਦੇਖਦੇ ਹੋਏ,
ਜੋ ਕਿ ਡਿਵੈਲਪਮੈਂਟ ਹੋਈ ਹੈ ਹਰਿਆਣੇ 'ਚ, ਔਰ ਇਸ ਤੋਂ ਵੀ ਵੱਧ ਡਿਵੈਲਪਮੈਂਟ ਹੋਏਗੀ, ਔਰ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਸਰਕਾਰ। ਪੰਜਾਬ 'ਚ ਕਿੰਨਾ ਕੁ ਅਸਰ ਤੁਸੀਂ ਵੇਖਦੇ ਹੋ, ਕਿਉਂਕਿ ਹਰਿਆਣਾ 'ਚ ਬੀਜੇਪੀ ਦੀ ਵੱਡੀ ਇਤਿਹਾਸਿਕ ਜਿੱਤ ਹੋਈ ਹੈ, ਤਾਂ ਪੰਜਾਬ 'ਚ ਕਿੰਨਾ ਕੁ ਅਸਰ ਤੁਸੀਂ ਦੇਖੋਗੇ? ਤੁਸੀਂ ਬਾਈ ਇਲੈਕਸ਼ਨ ਦੀ ਗੱਲ ਕੀਤੀ ਅਤੇ ਬਰਨਾਲਾ 'ਚ ਤੁਸੀਂ, ਤੁਹਾਡਾ ਨਾਂ ਆ ਰਿਹਾ ਸਾਹਮਣੇ ਕਿ ਤੁਸੀਂ ਬਾਈ ਇਲੈਕਸ਼ਨ 'ਚ ਲੜ ਰਹੇ ਹੋ। ਮੈਂ ਤਾਂ ਬਾਈ ਇਲੈਕਸ਼ਨ ਦੀ ਗੱਲ ਹੈ ਜੀ ਕਿ ਜੋ ਜਿਹਨੂੰ ਪਾਰਟੀ ਕਹੇਗੀ ਉਹ ਲੜੇਗਾ, ਪਰ ਇਹ ਮੈਂ ਕਹਿ ਦਿੰਦਾ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਅਸਰ ਆ। ਪੰਜਾਬ ਵੀ ਹੁਣ ਜਾਣ ਚੁੱਕਿਆ ਕਿ ਜੇ ਅਸੀਂ ਇਸ ਵੇਲੇ ਕਾਨੂੰਨ ਵਿਵਸਥਾ ਨੂੰ ਲੈ ਲਈਏ, ਵਿੱਤੀ ਮਾਲੀ ਹਾਲਤ ਨੂੰ ਲੈ ਲਈਏ, ਪੰਜਾਬ ਸਭ ਤੋਂ ਥੱਲੇ ਆ ਗਿਆ। ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ, ਝਾੜੂ ਦੀ ਸਰਕਾਰ, ਲੋਕਾਂ ਨੇ ਇੱਕ ਬਦਲਾਅ ਕਿਹਾ ਸੀ, ਉਹ ਬਦਲਾਅ ਬਹੁਤ ਭੈੜਾ ਆਇਆ। ਪੰਜਾਬ ਦੇ ਲੋਕ ਆਪਣੇ ਆਪ ਨੂੰ ਇਸ ਵੇਲੇ ਸੁਰੱਖਿਅਤ ਨਹੀਂ ਸਮਝਦੇ, ਅਸੀਂ ਇੰਨੇ ਪਿਛੜ ਚੁੱਕੇ ਹਾਂ ਆਰਥਿਕ ਹਾਲਤ ਦੇ ਵਿੱਚ, ਕਰਜ਼ੇ 'ਤੇ ਕਰਜ਼ਾ ਚੜ੍ਹਿਆ ਜਾ ਰਿਹਾ, ਔਰ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ ਇਸ ਵੇਲੇ, ਇੰਨੇ ਗੈਂਗਸਟਰ, ਇੰਨੀ ਲੁੱਟਮਾਰ ਹੋ ਰਹੀ ਆ। ਆ ਜਿਹੜੀ ਹੁਣੇ ਰੀਸੈਂਟਲੀ ਤੁਸੀਂ ਦੇਖਿਆ ਜਿਹੜੀਆਂ ਚੋਣਾਂ ਹੋਈਆਂ, ਪੰਚਾਇਤੀ ਚੋਣਾਂ, ਉਹ ਐਡਾ ਵੱਡਾ ਜਲੂਸ ਨਿਕਲਿਆ ਪੰਜਾਬ ਸਰਕਾਰ ਦਾ, ਐਕਚੁਅਲੀ ਕਰਾਉਣਾ ਨਹੀਂ ਚਾਹੁੰਦੇ ਸੀ। ਇਹ ਤਾਂ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜਿਹੜੀ ਸਾਡੀ ਇਹਨਾਂ ਨੇ ਹਾਈਕੋਰਟ ਸਾਹਿਬ ਦੇ, ਉਹਦੇ ਨਾਲ ਹਾਈਕੋਰਟ ਦੀ ਉਹਦੇ ਕਰਕੇ ਇਹਨਾਂ ਨੇ ਇਲੈਕਸ਼ਨਾਂ ਕਰਾਉਣੀਆਂ ਪਈਆਂ। ਜੇ ਕਿਤੇ ਹਾਈਕੋਰਟ ਦੇ ਆਦੇਸ਼ ਨਾ ਹੁੰਦੇ ਮਾਨਿਆ ਹਾਈਕੋਰਟ ਦੇ, ਤਾਂ ਇਹਨਾਂ ਨੇ ਇਲੈਕਸ਼ਨਾਂ ਨਹੀਂ ਸੀ ਕਰਾਉਣੀਆਂ, ਕਿ ਇਹਨਾਂ ਨੂੰ ਪਤਾ ਕਿ ਇਹਨਾਂ ਨੇ ਜ਼ਬਰਦਸਤੀ ਕਿਸੇ ਵੀ ਪੋਲੀਟੀਕਲ ਪਾਰਟੀ, ਚਾਹੇ ਉਹ ਬੀਜੇਪੀ ਹੋਵੇ, ਕਾਂਗਰਸ ਹੋਵੇ, ਅਕਾਲੀ ਹੋਵੇ, ਇਹਨਾਂ ਨੇ ਸਾਰਿਆਂ ਦੇ ਪਰਚੇ ਰੱਦ ਕੀਤੇ ਆ, ਕਿਸੇ ਨੂੰ NOC ਨਹੀਂ ਦਿੱਤਾ, ਆਪਦੇ 3-3 ਆਦਮੀ ਇਹਨਾਂ ਦੇ ਖੜ੍ਹੇ ਆ। ਪਰ ਹੁਣ ਦੇਖਿਓ ਆਮ ਆਦਮੀ ਪਾਰਟੀ ਦਾ ਕਿਵੇਂ ਜਲੂਸ ਨਿਕਲਦਾ, ਲੋਕਾਂ ਨੂੰ ਪਤਾ ਲੱਗ ਗਿਆ। ਅੱਜ ਦੀ ਜਿਹੜੀ ਜਿੱਤ ਹੋਈ ਆ, ਤਾਂ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ, ਜਿਹੜਾ ਕਿ ਕਾਂਗਰਸ ਦੇ ਵੱਲੋਂ ਨਾਰਾ ਦਿੱਤਾ ਜਾ ਰਿਹਾ ਸੀਗਾ, ਕਿਸਾਨ, ਜਵਾਨ, ਪਹਿਲਵਾਨ ਦਾ, ਕੀ ਕਹਿਣਾ ਚਾਹੁੰਦੇ? ਅੱਜ ਉਹੀ ਤਾਂ ਮੈਂ ਦੱਸ ਰਿਹਾ ਜੀ ਕਿ ਕਿਸਾਨ, ਇਨਸਾਨ, ਪਹਿਲਵਾਨ ਦਾ ਜੋ ਵੀ ਨਾਰਾ ਦਿੱਤਾ ਜਾ ਰਿਹਾ ਸੀ, ਕਾਂਗਰਸ ਦਾ ਚਿਹਰਾ ਲੋਕਾਂ ਨੂੰ ਸਾਰਾ ਸਾਫ਼ ਆ ਕਿ ਇਹ ਲੁੱਟਦੇ ਮਾਰਦੇ ਆ, ਇਹ ਲੁਟੇਰੇ ਨੇ, ਇਹ ਸਕੈਮ ਕਰਦੇ ਆ। ਜਦੋਂ ਵੀ ਦੇਸ਼ ਦੀ ਡਿਵੈਲਪਮੈਂਟ ਹੋਈ ਆ, ਜਿਹੜਾ ਸੂਬਾ ਸੈਂਟਰ ਦੇ ਨਾਲ ਮਿਲ ਕੇ ਕਾਂਗਰਸ ਦੀ ਹੋਵੇ, ਜਿਵੇਂ ਸਰਕਾਰ ਆਈ ਸੀ, ਸਾਰਿਆਂ ਨੂੰ ਲੁੱਟ ਮਾਰਦਾ, ਤਾਂ ਉਦੋਂ ਸਕੈਮ ਆਏ। ਹੁਣ ਭਾਰਤੀ ਜਨਤਾ ਪਾਰਟੀ ਦੇ ਨਾਲ ਜੋ ਸੈਂਟਰ ਦੇ ਨਾਲ ਸਰਕਾਰ ਚੱਲੇਗੀ, ਉਹੀ ਤਰੱਕੀ ਕਰੇਗੀ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।